ਅਦਾਕਾਰ ਕਾਦਰ ਖਾਨ ਅਤੇ ਅਮਿਤਾਭ ਬੱਚਨ ਨੇ ਇਕੱਠਿਆਂ ਕਈ ਫਿਲਮਾਂ ਕੀਤੀਆਂ। ਅਦਾਲਤ, ਸੁਹਾਗ, ਮੁਕੱਦਰ ਕਾ ਸਿਕੰਦਰ, ਨਸੀਬ ਅਤੇ ਕੂਲੀ ਵਰਗੀਆਂ ਬੇਹੱਦ ਕਾਮਯਾਬ ਫਿਲਮਾਂ 'ਚ ਇਹਨਾਂ ਦੋਵਾਂ ਨੇ ਇਕੱਠੇ ਹੀ ਕੰਮ ਕੀਤਾ। ਇਸ ਤੋਂ ਇਲਾਵਾ ਕਾਦਰ ਖਾਨ ਨੇ ਅਮਰ ਅਕਬਰ ਐਂਥਨੀ, ਸੱਤੇ ਪੇ ਸੱਤਾ ਅਤੇ ਸ਼ਰਾਬੀ ਵਰਗੀਆਂ ਫਿਲਮਾਂ ਦੇ ਡਾਇਲੋਗ ਵੀ ਲਿਖੇ। ਪਰ ਕਾਦਰ ਖਾਨ ਅਮਿਤਾਭ ਬੱਚਨ ਨੂੰ ਲੈ ਕੇ ਖੁਦ ਇੱਕ ਫਿਲਮ ਵੀ ਬਣਾਉਣਾ ਚਾਹੁੰਦੇ ਸਨ ਅਤੇ ਉਹਨਾਂ ਦੀ ਇਹ ਤਮੰਨਾ ਅਜੇ ਤੱਕ ਪੂਰੀ ਨਹੀਂ ਹੋ ਸਕੀ। ਕਾਦਰ ਖਾਨ ਨੇ ਇਹ ਗੱਲ BBC ਨੂੰ ਇੱਕ ਖਾਸ ਗੱਲਬਾਤ ਦੌਰਾਨ ਦੱਸੀ ਸੀ। ਉਹਨਾਂ ਕਿਹਾ ਸੀ, ਮੈਂ ਅਮਿਤਾਭ ਬੱਚਨ, ਜਯਾਪ੍ਰਦਾ ਅਤੇ ਅਮਰੀਸ਼ ਪੁਰੀ ਨੂੰ ਲੈ ਕੇ ਫਿਲਮ ਜਾਹਿਲ ਬਣਾਉਣਾ ਚਾਹੁੰਦਾ ਸੀ। ਉਸਦਾ ਨਿਰਦੇਸ਼ਨ ਵੀ ਮੈਂ ਖੁਦ ਹੀ ਕਰਨਾ ਚਾਹੁੰਦਾ ਸੀ, ਪਰ ਖੁਦਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਕਾਦਰ ਖਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਫਿਲਮ ਕੂਲੀ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨੂੰ ਸੱਟ ਲੱਗ ਗਈ ਅਤੇ ਉਹ ਮਹੀਨਿਆਂ ਤੱਕ ਹਸਪਤਾਲ 'ਚ ਹੀ ਭਰਤੀ ਰਹੇ। ਅਮਿਤਾਭ ਦੇ ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਫਿਰ ਕਾਦਰ ਖਾਨ ਆਪਣੀ ਦੂਜੀਆਂ ਫਿਲਮਾਂ ਦੇ ਵਿੱਚ ਜ਼ਿਆਦਾ ਹੀ ਮਸਰੂਫ ਹੋ ਗਏ ਅਤੇ ਇੱਧਰ ਅਮਿਤਾਭ ਬੱਚਨ ਸਿਆਸਤ ਦੇ ਵਿੱਚ ਐਂਟਰੀ ਮਾਰ ਗਏ। ਉਸ ਤੋਂ ਬਾਅਦ ਕਾਦਰ ਖਾਨ ਅਤੇ ਅਮਿਤਾਭ ਦੀ ਜੁਗਲਬੰਦੀ ਵਾਲੀ ਇਹ ਫਿਲਮ ਹਮੇਸ਼ਾ ਦੇ ਲਈ ਡੱਬਾ ਬੰਦ ਹੋ ਗਈ। ਕਾਦਰ ਖਾਨ ਨੇ ਇਹ ਵੀ ਦੱਸਿਆ ਸੀ ਕਿ ਇਸ ਦੌਰਾਨ ਉਹਨਾਂ ਦੀ ਅਤੇ ਅਮਿਤਾਭ ਦੀ ਦੋਸਤੀ ਦੇ ਵਿੱਚ ਕਿਸੇ ਵਜ੍ਹਾ ਕਰਕੇ ਦਰਾਰ ਵੀ ਆ ਗਈ ਸੀ, ਪਰ ਹੁਣ ਉਹਨਾਂ ਦੇ ਵਿਚਾਲੇ ਸਭ ਕੁਝ ਨਾਰਮਲ ਹੋਣ ਲੱਗਿਆ। ਅਮਿਤਾਭ ਦੀ ਤਾਰੀਫ ਕਰਦੇ ਹੋਏ ਕਾਦਰ ਖਾਨ ਨੇ ਕਿਹਾ ਸੀ, ਉਹ ਸੰਪੂਰਨ ਕਲਾਕਾਰ ਨੇ, ਅੱਲਾ ਨੇ ਉਹਨਾਂ ਨੂੰ ਚੰਗੀ ਆਵਾਜ਼, ਚੰਗੀ ਜ਼ਬਾਨ, ਚੰਗਾ ਕੱਦ ਅਤੇ ਬੋਲਦੀਆਂ ਅੱਖਾਂ ਦੇ ਨਾਲ ਨਵਾਜ਼ਿਆ। ਕਾਦਰ ਖਾਨ ਕੁਝ ਸਾਲਾਂ ਤੋਂ ਫਿਲਮਾਂ ਤੋਂ ਦੂਰ ਵੀ ਰਹੇ। ਇਸ ਦੀ ਵਜ੍ਹਾ ਦੱਸਦੇ ਹੋਏ ਉਹ ਕਹਿੰਦੇ ਨੇ ਕਿ ਸਮੇਂ ਦੇ ਨਾਲ ਫਿਲਮਾਂ ਵੀ ਬਦਲ ਗਈਆਂ ਨੇ। ਹੁਣ ਅਜਿਹੇ ਦੌਰ 'ਚ ਮੈਂ ਆਪਣੇ ਆਪ ਨੂੰ ਫਿੱਟ ਨਹੀਂ ਸਮਝਦਾ। ਮੇਰੇ ਲਈ ਬਦਲਦੇ ਦੌਰ ਦੇ ਨਾਲ ਖੁਦ ਨੂੰ ਬਦਲਣਾ ਸੰਭਵ ਨਹੀਂ ਹੈ, ਤਾਂ ਹੀ ਮੈਂ ਆਪਣੇ ਆਪ ਨੂੰ ਫਿਲਮਾਂ ਤੋਂ ਵੱਖਰਾ ਕਰ ਲਿਆ। 70 ਦੇ ਦਹਾਕੇ 'ਚ ਅਮਿਤਾਭ ਬੱਚਨ ਦੀਆਂ ਕੁਝ ਫਿਲਮਾਂ ਜਿਵੇਂ ਕਿ ਸੁਹਾਗ, ਅਮਰ ਅਕਬਰ ਐਂਥਨੀ ਅਤੇ ਮੁਕੱਦਰ ਕਾ ਸਿਕੰਦਰ 'ਚ ਕਾਦਰ ਖਾਨ ਦੀ ਕਲਮ ਤੋਂ ਨਿਕਲੇ ਕਈ ਡਾਇਲੋਗ ਕਾਫ਼ੀ ਮਕਬੂਲ ਹੋਏ।